ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਨਵੇਂ ਵਲੌਗ 'ਚ। ਅਤੇ ਬਾਈ ਆਪਾਂ ਪਰਸੋਂ ਵਲੌਗ 'ਚ ਟਰੈਕਟਰ ਪਾਇਆ ਸੀਗਾ ਜੀ, ਨਿਊ ਹੋਲੈਂਡ 3630, ਅਤੇ ਆਪਣੀ ਵੀਡੀਓ ਵੀ ਕਾਫੀ ਵਧੀਆ ਚੱਲੀ ਹੈ ਜੀ ਉਹ, ਅਤੇ ਕਈ ਸਾਰੇ ਵੀਰਾਂ ਦੇ ਫੋਨ ਵੀ ਆਏ ਨੇ। ਅਤੇ ਬਾਕੀ ਅੱਜ ਆਪਣੇ ਵੀਰ ਟਰੈਕਟਰ ਲੈਣ ਪਹੁੰਚੇ ਵੀ ਨੇ, ਆਪਾਂ ਤੁਹਾਨੂੰ ਬਾਈ ਨਾਲ ਵੀ ਮਿਲਾਉਂਦੇ ਹਾਂ ਜੀ, ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਮਿਲੋ ਅਮਨ ਬਾਈ ਨੂੰ। ਹੋਰ ਅਮਨ ਵੀਰੇ, ਕਿਆ ਹਾਲ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਠੀਕ ਹੈ ਜੀ। ਅਮਨ ਬਾਈ ਨੇ ਵੀਡੀਓ ਬਣਾਈ ਸੀ ਉੱਦਣ ਟਰੈਕਟਰ ਦੀ, ਪ੍ਰਧਾਨ ਨੇ ਹਾਂ, ਪ੍ਰਧਾਨ ਨੇ ਮੈਂ ਗੁਰਦਾਸਪੁਰ ਤੋਂ। ਗੁਰਦਾਸਪੁਰ ਤੇ ਆਪਣਾ ਕਿਹੜਾ ਪਿੰਡ ਹੈ ਵੀਰੇ? ਚੱਕ ਸ਼ਰੀਫ ਹਾਂਜੀ, ਠੀਕ ਹੈ ਜੀ, ਹਾਂਜੀ। ਤੇ ਬਾਕੀ ਵੀਰੇ ਤੁਸੀਂ ਟਰੈਕਟਰ ਵੀਡੀਓ ਤੇ ਦੇਖਿਆ ਸੀਗਾ ਜੀ? ਵੀਡੀਓ ਤੇ ਦੇਖਿਆ ਜੀ ਭਾਈ ਜੱਗੂ ਭਾਜੀ ਦੀ ਵੀਡੀਓ ਦੇਖੀ। ਠੀਕ ਹੈ ਵੀਰੇ, ਬਹੁਤ ਵਧੀਆ ਟਰੈਕਟਰ ਹੈ, ਜੋ ਵੀ ਵੀਡੀਓ ਤੇ ਹੈ ਹੀ, ਠੀਕ ਹੈ ਜੀ। ਗਰਾਊਂਡ ਲੈਵਲ ਤੇ ਵੀ ਉਹੀ ਹੈ ਟਰੈਕਟਰ, ਓਰੀਜਨਲ ਭਾਈ ਸਾਰੇ ਓਰੀਜਨਲ ਓਰੀਜਨਲ, ਠੀਕ ਹੈ ਜੀ, ਹਾਂਜੀ। ਤੇ ਬਾਕੀ ਭਾਈ ਜਿੰਨਾ ਚੱਲਿਆ ਹੋਇਆ ਸਾਰਾ ਉਹ ਬਾਈ ਉਹਨੂੰ ਕਿਹਾ, ਬਾਈ ਨੇ ਫੋਨ ਤੇ ਕਹਿੰਦਾ ਸੀ ਬਾਈ ਉਹਨੂੰ ਕਿਹਾ ਵੀ ਫੋਨ ਤੇ ਨਹੀਂ ਬਾਈ ਗੱਲ ਹੋਣੀ, ਟਰੈਕਟਰ ਆ ਕੇ ਦੇਖੋ ਜੀ। ਜੀ ਜੀ ਜੀ, ਆਹੀ ਗੱਲ ਕਹੀ ਆ ਬਾਈ, ਇਹੀ ਗੱਲ ਕਹੀ ਆ। ਫਿਰ ਅਸੀਂ ਆਏ ਗਰਾਊਂਡ ਲੈਵਲ ਤੇ, ਜੀਰੋ ਗਰਾਊਂਡ ਤੇ ਦੇਖਿਆ ਸੀ, ਟਾਈਮ ਥੋੜਾ ਜਰੂਰ ਲੱਗ ਗਿਆ ਸੌਦਾ ਹੋਣ ਨੂੰ। ਹਾਂਜੀ ਹਾਂਜੀ, ਬਾਕੀ ਸਾਨੂੰ 186 ਕਿਲੋਮੀਟਰ ਪਿਆ ਵਾ, 186 ਕਿਲੋਮੀਟਰ, ਹਾਂਜੀ। ਬਾਕੀ ਹੋਰ ਆਮਨੇ ਹੁਣ ਵੀ 6 ਵੱਜ ਗਏ ਮੇਰੇ ਨਾਲ, ਬਾਈ ਨੂੰ 12:00 ਵੱਜਣਾ ਜਾਣ। ਜੀ ਜੀ ਜੀ, ਆਰਾਮ ਨਾਲ ਵੱਜਣਾ ਜੀ, ਹਾਂਜੀ, ਠੀਕ ਹੈ। ਬਾਕੀ ਬਾਈ ਬਾਈ ਆਰਮੀ 'ਚ ਜੋਬ ਕਰਦਾ ਬਾਈ, ਇਹ ਹੁਣੇ ਜਨਵਰੀ 'ਚ ਰਿਟਾਇਰ ਹੋਇਆ ਬਾਈ, ਹਾਂਜੀ, ਠੀਕ ਹੈ ਬਾਈ, ਠੀਕ ਹੈ ਬਾਈ। ਪਹਿਲਾਂ ਹੋਰ ਵੀ ਰੱਖਿਆ ਹੋਲੈਂਡ ਕੇ? ਪਹਿਲੀ ਵਾਰ ਲੈਣੀ? ਪਹਿਲੀ ਵਾਰ ਬਾਈ, ਪਹਿਲੀ ਵਾਰ। ਵੀਡੀਓ ਦੇਖੀ ਤੁਹਾਡੀ? ਪਹਿਲਾਂ ਕਿਹੜਾ ਟਰੈਕਟਰ ਰੱਖਿਆ ਬਾਈ? ਪ੍ਰੀਤ ਰੱਖਿਆ ਤੇ 575। ਅੱਛਾ ਜੀ, ਬਾਈ ਨਾਲ ਕੋਲ ਮਸ਼ੀਨ ਵੀ ਰੱਖੀ ਹੋਈ ਹੈ ਬਾਈ ਨਾਲ, ਮਲਕੀਤ ਮਸ਼ੀਨ, ਠੀਕ ਆ ਠੀਕ ਆ। ਨਹੀਂ ਬਾਈ ਕੁਛ ਮਲਕੀ ਤੁਹਾਡੇ ਰੀਜ ਇਹ ਟਰੈਕਟਰ ਹੈਗ ਵੀ ਹੈਗਾ ਵੱਧ ਕਰੇ ਉੱਧਰ ਸਾਡੇ ਰੀਜ ਕਰੇਜ ਬਹੁਤ ਹੈ ਜੀ, ਹੈ ਨਾ ਜੀ, ਹਾਂਜੀ, ਠੀਕ ਹੈ ਜੀ। ਤੇ ਮੈਂ ਬਾਈ ਨੂੰ ਦੱਸਾਂਗਾ ਸਾਡੇ ਰੀਜ ਦੀ ਏਜੰਸੀ ਵੀ ਨਹੀਂ ਹੈਗੀ ਟਰੈਕਟਰ ਦੀ, ਬਾਕੀ ਉਹ ਸਾਡੇ ਸਾਰੇ ਏਜੰਸੀਆਂ ਹੈਗੀਆਂ ਨੇ ਹੋਲੈਂਡ ਦੀ, ਸਾਡੇ ਹੈ ਨਹੀਂ ਜੀ। ਤੇ ਚਲੋ ਬਾਈ ਠੀਕ ਆ, ਥੋੜਾ ਧੰਨਵਾਦ ਬਹੁਤ ਬਹੁਤ ਜੀ ਜੀ। ਤੇ ਬਾਕੀ ਤੁਹਾਨੂੰ ਟਰੈਕਟਰ ਤੁਹਾਡੇ ਕੋਲ ਵਧੀਆ ਚੱਲੇ, ਲੈਣਾ ਕਰੇ ਤੁਹਾਨੂੰ। ਥੈਂਕ ਯੂ ਵੀਰੇ, ਠੀਕ ਆ ਬਾਈ ਜੀ, ਓਕੇ, ਸਤਿ ਸ਼੍ਰੀ ਅਕਾਲ ਜੀ। ਤੇ ਹੋਰ ਆਪਣੇ ਵੀਰੇ ਨਵੀਂ ਤਾਜੀ ਕੋਈ? ਠੀਕ ਹੋਰ ਲੇਟ ਪਹਿਲਾਂ ਹੀ ਬਹੁਤ ਆ। ਚਲੋ ਬਈ ਲਓ ਜੀ ਬਾਈ, ਬਾਕੀ ਟਰੈਕਟਰ ਆਪਾਂ ਨੇ ਸਾਰਾ ਤੁਹਾਨੂੰ ਦਿਖਾਇਆ ਸੀ ਬਲੌਗ ਦੇ ਵਿੱਚ ਬਾਈ, ਟਰੈਕਟਰ ਜਮਾਂ ਹੀ ਸਾਰਾ ਆਲ ਓਰੀਜਨਲ ਆ। ਜਿਹੜੀ ਕੋਈ ਕਮੀ ਪੇਸ਼ੀ ਸੀ ਆਪਾਂ ਬਾਈ ਇਹਨਾਂ ਨੂੰ ਪਹਿਲਾਂ ਹੀ ਦੱਸਦੀ ਸੀ, ਜਿੱਦਾਂ ਮਾੜਾ ਮੋਟਾ ਰੰਗ ਸੀਗਾ ਰਿੰਮਾਂ ਦਾ ਹਲਕਾ ਹਲਕਾ ਖਰਾਬ ਹੋਇਆ ਬਾਈ, ਠੀਕ ਹੈ ਜੀ। ਅਤੇ ਬਾਕੀ ਬਾਈ ਇਹਨਾਂ ਨੂੰ ਫੋਨ 'ਤੇ ਵੀ ਆਹੀ ਗੱਲ ਕਹੀ ਸੀ ਬਾਈ, ਕਹਿੰਦੇ ਫੋਨ 'ਤੇ, ਮੈਂ ਕਿਹਾ ਬਾਈ ਫੋਨ 'ਤੇ ਕੁਛ ਨਹੀਂ ਹੋਣਾ, ਵੀ ਟਰੈਕਟਰ ਆ ਕੇ ਪਸੰਦ ਕਰ ਲਓ, ਜਿੰਨਾ ਰੇਟ ਹੋਊਗਾ ਤੁਹਾਨੂੰ ਵੱਧ ਤੋਂ ਵੱਧ ਤੁਹਾਡਾ ਥੋੜ੍ਹਾ ਮਾਣ ਤਾਣ ਕਰਾਂਗੇ, ਠੀਕ ਨਹੀਂ ਮਾਨ ਵੀਰੇ? ਸੌਦਾ ਕਿਹਨੇ ਕਰਾਇਆ? ਸੌਦਾ ਬਾਈ ਕਰਾਇਆ ਬਾਈ ਨੇ, ਜਿਹੜਾ ਹੁੰਦਾ ਲੈਣੇ ਵਾਲਾ ਉਹਨੂੰ ਹੁੰਦਾ ਵੀ ਮੈਨੂੰ ਟਰੈਕਟਰ ਚੀਜ਼ ਘੱਟ ਮਿਲ ਜਾਵੇ, ਕੋਈ ਵੀ ਚੀਜ਼ ਜਿਹੜਾ ਵੇਚਣ ਵਾਲਾ ਹੁੰਦਾ ਉਹਨੂੰ ਐਂ ਹੁੰਦਾ ਵੀ ਮੇਰੀ 5-4 ਵੱਧ ਵਿਕ ਜਾਵੇ, ਦੋਨੇ ਮਤਲਬ ਕਿ ਤੇਰਾ ਆਪਣੀ ਆਪਣੀ ਜਗ੍ਹਾ ਸਹੀ ਹੁੰਦੀ ਆ, ਠੀਕ ਆ। ਬਾਕੀ ਕੋਈ ਗੱਲ ਨਹੀਂ, ਜਦੋਂ ਚੀਜ਼ ਦੇਣੀ ਆ ਜਾਂ ਲੈਣੀ ਆ ਫਿਰ ਮਾੜਾ ਮੋਟਾ ਕੁਛ ਨਾ ਕੁਛ ਹੱਜ ਤੱਜ ਚੱਲਣੀ ਪੈਂਦੀ ਆ। ਸਭ ਤੋਂ ਬੜੀ ਗੱਲ ਆ ਮੈਨੇ ਵੀਰੇ ਮਾਣ ਤਾਣ ਰੱਖਣਾ ਪੈਂਦਾ, ਦੂਰੋਂ ਆਏ ਬੰਦੇ ਦਾ, ਲੋਕਲ ਹੋਵੇ ਚੱਲ ਵੈਦਾ ਸੀ, ਕਦੇ ਲੋਕਲ ਨੂੰ ਮੇਰੇ ਬਾਈ 5-4 ਪਿੱਛੇ ਖਾਲੀ ਮੋੜਿਆ, ਚੱਲ ਹੁਣ ਜਿਹੜਾ ਬੰਦਾ 200 ਕਿਲੋਮੀਟਰ ਆਇਆ ਇੱਦਾਂ ਹੁੰਦਾ ਵੀ ਯਾਰ ਇੰਨੀ ਦੂਰ ਤੇ ਗਏ ਤੇ ਅਗਲੇ ਨੇ ਮਾਣ ਜਿੱਦਣੀ ਰੱਖਿਆ ਹਨਾ, ਠੀਕ ਹੈ ਜੀ, ਹੋ ਜਾਂਦਾ ਯਾਰ, ਬਿਲਕੁਲ ਬਾਈ ਬਿਲਕੁਲ ਉਹੀ ਗੱਲ ਹੈ। ਤੇ ਬਾਕੀ ਚੱਲ ਹੁਣ ਡੱਬਾ ਫੜ ਲਿਆ, ਹੈ ਡੱਬਾ ਕਾਹਨੂੰ ਯਾਰ, ਹੱਦ ਹੋ ਗਈ, ਡੱਬੇ ਨਾਲ ਕਿਆ ਬਣਨਾ, ਸਾਨੂੰ ਤਾਂ ਬਥੇਰਾ ਕਹਿੰਦਾ ਯਾਰ, ਹੈ ਸਾਨੂੰ ਤਾਂ ਬਥੇਰਾ, ਡੱਬੇ ਨਾਲ ਕਿਆ ਬਣਨਾ, ਤੈਨੂੰ ਪਾਲਟੀ ਕਰ ਦਿੰਦੇ, ਦੱਸ ਕਿਆ ਖਾਣਾ ਪੀਣਾ ਬਾਈ, ਪੀਜ਼ਾ ਖਾ ਦੇ ਬਸ, ਹੈ। ਬਾਕੀ ਬਾਈ ਕੱਲ੍ਹ ਆਪਾਂ ਨੇ ਛੋਟੇ ਦਾ ਵੀ ਟਰੈਕਟਰ ਦਾ ਬਲੌਗ ਪਾਇਆ ਸੀ, ਉਹਦੇ ਵੀ
ਹਾਂਜੀ ਵੀਰੇ ਪੀਜ਼ਾ ਖਿਲਾ ਦਿੰਦੇ ਆ ਬਾਬਾ ਨਾ ਪੀਜ਼ਾ ਕਿਹੜਾ ਮੈਂ ਹੁਣ ਗੱਲ ਬਦਲ ਗਿਆ ਪੀਜ਼ੇ 'ਚ ਯਾਰ ਪਿਆਜ਼ ਪੈਨੇ ਪਿਆਜ਼ ਤੂੰ ਖਾਂਦਾ ਨਹੀਂ ਨਹੀਂ ਮੈਂ ਬਿਨਾਂ ਪਿਆਜ਼ ਦੇ ਖਾਂਦਾ ਬਿਨਾਂ ਪਿਆਜ਼ਾਂ ਦੇ ਖਾਂ ਚੱਕ ਦਾਣੇ ਪਿਆਜ਼ਾਂ ਨਹੀਂ ਖਾ ਲੂੰਗਾ ਨਹੀਂ ਬਿਨਾਂ ਕੱਢ ਦਾਂਗੇ ਅੱਛਾ ਠੀਕ ਆ ਠੀਕ ਆ ਨਹੀਂ ਮੈਂ ਪੀਜ਼ੇ ਨਾਲ ਲਿਆ ਕੋਈ ਹੁਣ ਕਹਿੰਦਾ ਟਰੈਕਟਰ ਆਪਣਾ ਬਾਈ ਛੋਟਾ ਸੀ ਦੋ ਬਾਈ ਆਰਤੀ ਬਾਈ ਨੇ ਸਰਫ ਚੱਕ ਦੇ ਰੱਬ ਦਾ ਅਤੇ ਲਓ ਬਾਈ ਘਰ ਆ ਗਏ ਆਪਾਂ ਜੀ ਅਤੇ ਕੱਦੂ ਵਾਲਾ ਕੰਮ ਆਪਾਂ ਵੀ ਸ਼ੁਰੂ ਕਰਤਾ ਅੱਜ ਹੋ ਗਈ ਤਰੀਕ ਪਨੀਰੀ ਵੀ ਆਪਣੀ ਕੱਲ੍ਹ ਦਿਖਾਈ ਸੀ ਤਿਆਰ ਐਨ ਕਾਲੇ ਬਾਈ ਵਾਲਾ ਰੋਟਾਵੀਟਰ ਲਿਆਂਦਾ ਜਿਹੜਾ ਬਾਈ ਨੇ ਨਵਾਂ ਲਿਆਂਦਾ ਜਸਵੰਤ ਦਾ ਬਹੁਤ ਵਧੀਆ ਚੱਲਦਾ ਬਾਈ 8 ਮੈਸੀ ਰੇਟਰ ਨਾਲੇ ਚੱਲ ਰਿਹਾ ਐਨ ਵਧੀਆ ਚੱਲਦਾ ਬਾਈ ਵੈਸੇ ਕੱਦੂ ਵਿੱਚ ਟਰੈਕਟਰ ਲੋਡ ਵੀ ਨਹੀਂ ਲੈਂਦਾ ਹੈਗਾ ਕੱਦੂ 'ਚ ਟਰੈਕਟਰ ਵੈਸੇ ਹੀ ਆਰਾਮ ਨਾਲ ਚੱਲੀ ਜਾਂਦਾ ਅੱਗੇ ਵੀ ਦੇਖਿਆ ਕਿਉਂਕਿ ਰੋਟਾਵੀਟਰ ਆਪ ਏ ਅੱਗੇ ਨੂੰ ਧੱਕ ਮਾਰੀ ਜਾਂਦਾ ਟਰੈਕਟਰ ਨੂੰ ਖੇਤ ਆਪਾਂ ਨੇ ਵੈਸੇ ਵੀ ਲੇਜ਼ਰ ਕਰਾਏ ਵੇ ਤੇ ਬਾਈ ਪਹਿਲਾਂ ਹੀ ਫਾਇਦਾ ਹੀ ਰਹਿੰਦਾ ਹੈ ਨਹੀਂ ਬਈ ਕਹੀਆਂ ਚੱਕੀ ਫਰੀ ਆ ਉਹ ਤੱਗੀਆਂ ਉੱਧਰ ਤੇ ਚੱਕ ਦਿਓ ਤੱਗੀਆਂ ਐਂ ਕਰ ਦਿਓ ਪਾਣੀ ਦੀ ਵੀ ਬੱਚਤ ਹੈ ਬਾਈ ਜੇ ਆਪਾਂ ਖੇਤ ਲੇਜ਼ਰ ਕਰਾਉਂਦੇ ਹਾਂ ਕੱਦੂ ਕਰਨਾ ਵੀ ਸੌਖਾ ਠੀਕ ਹੈ ਜੀ ਲਓ ਜੀ ਬਾਈ ਲੱਗਿਆ ਹੋਇਆ ਹੋਰ ਬਾਈ ਆ ਠੀਕ ਆ ਬਾਈ ਵਾਲਾ 244 ਬਾਈ ਟਰੈਕਟਰ ਸਾਰੇ ਪੱਖ ਨੂੰ ਵਧੀਆ ਰੋਟਾਵੀਟਰ ਤੇ ਇੰਨਾ 8 ਫੁੱਟਾ ਰੋਟਾਵੀਟਰ ਕਹਿਣ ਨੂੰ ਪਾਵਰ ਛੋਟੀ ਆ 7 ਚਲੋ 8 ਫੁੱਟਾ ਦਾ ਰੋਟਾਵੀਟਰ ਤੇ ਬਹੁਤ ਵਧੀਆ ਚੱਲਦਾ ਬਾਈ ਅੰਡਰ ਲੋਡ ਬਾਕੀ ਪਨੀਰੀ ਬਾਈ ਕਾਫੀ ਰਹਿ ਗਈ ਆਪਣੇ ਕੋਲ ਪਨੀਰੀ 1-2 ਵੀਰਾਂ ਦੇ ਕਿਹਾ ਵੀ ਬਾਈ ਲੈਣੀ ਆ ਪਨੀਰੀ ਥੋੜ੍ਹੀ ਜਿਹੀ ਜ਼ਿਆਦਾ ਹੀ ਲਾ ਲਈ ਤੀ ਕਈ ਵਾਰ ਕਿਸੇ ਨੂੰ ਲੋੜ ਪੈ ਜਾਂਦੀ ਕੰਮ ਆ ਜਾਂਦੀ ਆ ਕਿਉਂਕਿ ਜੇ ਆਪਾਂ ਨੋਰਮਲ ਪਨੀਰ ਦੀ ਗੱਲ ਕਰੀਏ ਬਾਈ ਅਤੇ 6-7 ਕਿਲੋ ਨਾਲੇ ਸਮਝ ਲਓ 4-5 ਕਿਲੋ ਹੀ ਬੀਜ ਬਹੁਤ ਹੁੰਦਾ ਕਿੱਲੇ ਦਾ ਲੋਜ ਬਾਕੀ ਬਾਈ ਲਗਭਗ ਝੋਨਾ ਤਾਂ ਕਾਫੀ ਹੱਦ ਤੱਕ ਲੱਗ ਗਿਆ 60-65% ਤੱਕ ਹੁਣ ਤਾਂ ਬਾ ਜਿਨ੍ਹਾਂ ਦੇ ਮੁੱਲ ਦੀ ਆ ਬਾਈ ਉਹੀ ਰਹਿ ਗਏ ਜਿਹੜੇ ਰੱਬ ਵੱਲ ਦੇਖ ਰਹੇ ਹਾਂ ਵੀ ਮੀਂਹ ਪਊਗਾ ਤਾਂ ਲਾਉਂਗੇ ਬਾਕੀ ਤਾਂ ਮੇਰੇ ਹਿਸਾਬ ਨਾਲ ਲਗਭਗ ਬਾਈ ਸਾਰਿਆਂ ਨੇ ਕੰਮ ਸਿਰੇ ਲਾਤਾ ਹੁਣ ਜਿਹੜੇ ਉੱਪਰ ਨੂੰ ਦੇਖਦੇ ਆ ਨਾ ਵੀ ਮੀਂਹ ਪੈ ਜਾਵੇ ਤਾਂ ਲਾਉਣਾ ਮੀਂਹ ਤਾਂ ਵੈਸੇ ਵੀਰੇ ਡੇਲੀ ਆਉਂਦਾ ਆ ਸਵੇਰੇ ਪਰ ਉੱਕਣਾ ਨਹੀਂ ਮੀਂਹ ਪਿਆ ਜਿੱਕਣਾ ਪੈਣਾ ਚਾਹੀਦਾ ਇੱਕ ਤੱਗੀ ਜੀ ਆ ਬਾਈ ਲੰਬੀ ਜੀ ਪਨੀਰੀ ਮੇਰੇ ਹਿਸਾਬ ਨਾਲ ਹਜੇ ਵੀ 1-1.5 ਕਿੱਲੇ ਦੀ ਖੜੀ ਆ ਬਾਈ ਘੱਟ ਤੋਂ ਘੱਟ ਵੀ ਕਾਫੀ ਪਨੀਰੀ ਖੜੀ ਆ ਬਾਕੀ ਆ ਵੀ ਇੱਧਰ ਨਾਲ ਵਾਲੇ ਖੇਤ ਵੀ 26 ਲਾਈ ਆ ਬਾਈ ਇੱਧਰ ਵੀ 26 ਲੱਗੀ ਹੋਈ ਆ ਅਤੇ ਬਾਕੀ ਮਿੱਤਰੋ ਅੱਜ ਆਪਣੇ ਕੋਲ ਟਰੈਕਟਰ ਵੀ ਆਇਆ ਇੱਕ ਹੋਰ ਸੋਨਾਲੀਕਾ 2 ਆਏ ਸੋਨਾਲੀਕਾ ਇੱਕ DI-35 ਹੈ ਇੱਕ 745 ਹੈ ਆਪਾਂ ਤੁਹਾਨੂੰ ਉਹਦਾ ਬਲੌਗ ਬਣਾ ਕੇ ਪਾਵਾਂਗੇ ਬਾਈ ਠੀਕ ਹੈ ਜੀ ਕੱਲ੍ਹ ਨੂੰ ਅਤੇ ਜਿਹੜੇ ਆ ਵੀਰ ਲੈ ਗਏ ਨੇ ਟਰੈਕਟਰ ਇਹ ਵੀ ਵੀਰ 2-3 ਦਿਨ ਤੋਂ ਆਪਣੇ ਨਾਲ ਫੋਨ 'ਚ ਸੀਗੇ ਟੱਚ ਦੇ ਵਿੱਚ ਬਾਈ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਬਾਈ ਹੋਲੈਂਡ ਟਰੈਕਟਰ ਵਾਸਤੇ ਮੇਰੇ ਹਿਸਾਬ ਨਾਲ ਅੱਜ ਵੀ ਮੈਨੂੰ ਕਈ ਵੀਰਾਂ ਦੇ ਫੋਨ ਆ ਰਹੇ ਬਾਈ ਹੋਲੈਂਡ ਅਤੇ ਟਰੈਕਟਰ ਬਾਈ ਇੱਕ ਤਾਂ ਟਰੈਕਟਰ ਰੇਟ 'ਚ ਸੀਗਾ ਚਲੋ ਟਰੈਕਟਰ ਵੀ ਵਧੀਆ ਸੀ ਬਾਕੀ ਜਿਹਦੀ ਕਿਸਮਤ 'ਚ ਆ ਬਾਈ ਜਿਹਦੇ ਕਰਮਾਂ 'ਚ ਆ ਚੀਜ਼ ਉੱਥੇ ਜਾਣੀ ਆ ਠੀਕ ਹੈ ਜੀ
ਬਾਕੀ ਜੇ ਕੋਈ ਹੋਰ ਚੰਗਾ ਟਰੈਕਟਰ ਆਇਆ ਆਪਣੇ ਕੋਲ ਤਾਂ ਆਪਾਂ ਜ਼ਰੂਰ ਵੀਡੀਓ ਪਾਵਾਂਗੇ ਬਾਈ। ਅਤੇ ਜਿਹੜੇ ਦੋ ਟਰੈਕਟਰ ਆਏ ਨੇ ਇਹਦਾ ਆਪਾਂ ਕੱਲ੍ਹ ਨੂੰ ਬਲੌਗ ਬਣਾ ਕੇ ਪਾਵਾਂਗੇ ਜੀ। ਅਤੇ ਬਾਕੀ ਜਿਹੜੇ ਵੀਰ ਆਪਾਂ ਨੂੰ ਦੇਖਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਕਈ ਵੀਰ ਆਪਣੇ ਨਾਲ ਇੱਦਾਂ ਦੇ ਜੁੜੇ ਹੋਏ ਨੇ ਜਿਨ੍ਹਾਂ ਨੇ ਟਰੈਕਟਰ ਨਾ ਆਪਾਂ ਤੋਂ ਲੈਣਾ ਹੁੰਦਾ ਅਤੇ ਸਿਰਫ ਇੱਕ ਸ਼ੌਂਕ ਉਹਨਾਂ ਨੂੰ ਮਸ਼ੀਨਰੀ ਦਾ ਟਰੈਕਟਰ ਲੈਣ ਦਾ। ਬਹੁਤ ਸਾਰੇ ਵੀਰਾਂ ਦੇ ਇੱਦਾਂ ਦੇ ਫੋਨ ਆਉਂਦੇ ਨੇ ਬਾਹਰੋਂ, NRI ਵੀਰ ਬਹੁਤ ਜ਼ਿਆਦਾ ਫੋਨ ਕਰਦੇ ਨੇ ਵੀ ਬਾਈ ਅਸੀਂ ਟਰੈਕਟਰ ਤੋਂ ਲੈਣਾ ਨਹੀਂ, ਬਸ ਵੀ ਤੇਰੇ ਨਾਲ ਸ਼ੌਂਕ ਹੈ ਬਾਈ, ਤੂੰ ਵੀਡੀਓ ਪਾਉਂਦਾ ਵਧੀਆ ਲੱਗਦੀਆਂ। ਤਾਂ ਬਾਈ ਸਾਰੇ ਜਿੰਨੇ ਵੀ ਵੀਰ ਦੇਖਦੇ ਨੇ ਆਪਣੀ ਵੀਡੀਓਆਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਠੀਕ ਹੈ ਜੀ, ਅਤੇ ਬਾਕੀ ਅੱਜ ਦੇ ਵਲੌਗ 'ਚ ਇੰਨਾ ਹੀ ਬਾਈ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਆ ਕਰੋ ਅਤੇ ਆਪਣੇ ਚੈਨਲ ਜੱਗੂ ਮਾਹਲ ਨੂੰ ਕਰਿਆ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ। ਅਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਉਹ ਵੀ ਜ਼ਰੂਰ ਦੱਸਿਆ ਕਰੋ। ਪੁਰਾਣੇ ਟਰੈਕਟਰ ਜਿੱਦਾਂ ਹੁਣ ਕਿਸੇ ਕੋਲ ਹੁੰਦੇ ਆ ਬਾਈ, ਆਪਣਾ ਟਰੈਕਟਰ ਵਧੀਆ ਹੋਵੇ ਕੰਡੀਸ਼ਨ ਦਾ, ਠੀਕ ਹੈ ਜੀ, ਟਰੈਕਟਰ ਓਰੀਜਨਲ ਹੋਵੇ ਅਤੇ ਕਾਗਜ਼ ਪੱਤਰਾਂ ਦਾ ਓਕੇ ਹੋਵੇ, ਅਤੇ ਜ਼ਰੂਰ ਦੱਸਿਆ ਕਰੋ ਕਿਸੇ ਵੀਰ ਕੋਲ ਹੁੰਦਾ ਸੈਕਿੰਡ ਹੈਂਡ ਟਰੈਕਟਰ। ਬਾਕੀ ਆਪਣੇ ਕੋਲ ਜਿੰਨੇ ਵੀ ਟਰੈਕਟਰ ਖੜ੍ਹੇ ਨੇ ਪੁਰਾਣੇ ਆਪਾਂ ਨੇ ਆਲਰੇਡੀ ਸਾਰਿਆਂ ਦੀ ਵੀਡੀਓ ਪਾਈ ਹੋਈ ਹੈ ਜੀ। ਠੀਕ ਹੈ ਜੀ, ਅਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ। ਸਾਰੇ ਵੀਰਾਂ ਦਾ ਜੀ ਬਹੁਤ ਬਹੁਤ ਧੰਨਵਾਦ।